ਸਵੇਰੇ ਏ ਸੀ ਰਾਜੇਸ਼ ਕੁਮਾਰ ਜਿਹੜਾ ਸੀਗਾ ਉਹ ਮੁਕਸੂਦਾ ਚੌਂਕ ਖੜਾ ਸੀਗਾ ਉਹਦੇ ਕੋਲ ਮੁੱਖ ਰੁਕਾਵਟ ਨੇ ਇਤਲਾਹ ਦਿੱਤੀ ਸੀ ਕਿ ਅੰਮ੍ਰਿਤਸਰ ਵਾਲੀ ਸਾਈਡ ਤੋਂ ਟਾਟਾ 400 ਦੀ ਗੱਡੀ ਆ ਰਹੀ ਹੈ ਜਿਹਦੇ ਵਿੱਚ ਨਜਾਇਜ਼ ਸ਼ਰਾਬ ਜਿਹੜੀ ਹੈ ਉਹ ਉਹਦੇ ਵਿੱਚ ਹੈਗੀ ਹੈ ਸੋ ਉਹਨੇ ਉਸੇ ਵੇਲੇ ਵੇਰਕਾ ਮਿਲਕ ਪੁਆਇੰਟ ਦੇ ਕੋਲ ਜਾ ਕੇ ਜਦੋਂ ਸਰਚ ਕੀਤੀ ਤਾਂ ਉਹ ਗੱਡੀ ਉਹਨੂੰ ਆਉਂਦੀ ਦਿਖੀ ਉਹਨੂੰ ਰੋਕਿਆ ਉਹਦੇ 'ਚ ਤਲਾਸ਼ੀ ਲਈ ਤਾਂ ਉਹ ਨਜਾਇਜ਼ ਸ਼ਰਾਬ ਜਿਹੜੀ ਸਾਨੂੰ ਮਿਲੀ ਜਿਹੜੇ ਦੋ ਬੰਦੇ ਸੀ ਮੌਕੇ ਤੋਂ ਉਹ ਫਰਾਰ ਹੋ ਗਏ ਸੀਗੇ ਜਿੱਤੇ ਅਸੀਂ ਮੁਕੱਦਮਾ ਨੰਬਰ 9 ਦਰਜ ਕਰਕੇ ਅਗਲੀ ਤਫਤੀਸ਼ ਅਮਲ 'ਚ ਲਿਆਂਦੀ ਹੈ ਟੋਟਲ 140 ਪੇਟੀਆਂ ਜਿਹੜੀਆਂ ਸ਼ਰਾਬ ਦੀਆਂ ਫੜੀਆਂ ਗਈਆਂ ਹੈਗੀਆਂ ਕਿਹਦੀ ਹੈਗੀ ਕਿੱਥੋਂ ਲਿਆਂਦੀ ਹੈਗੀ ਇਹਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ ਸਰ ਕਿਹੜਾ ਕਿਹੜਾ ਬ੍ਰਾਂਡ ਹੈ ਇਹ ਵੱਖ ਵੱਖ ਬ੍ਰਾਂਡ ਹੈਗੇ ਕੈਸ਼ ਹੋ ਗਿਆ ਗਰੁੱਪ ਹੋ ਗਿਆ ਸਰ ਗੱਡੀ 'ਚ ਕਿੰਨੇ ਕੁ ਬੰਦੇ ਸੀ ਜਿਹੜੇ ਫਰਾਰ ਹੋਏ ਹੈ ਇਹ ਦੋ ਜਣੇ ਸੀ ਅਤੇ ਕੋਈ ਪਤਾ ਲੱਗਿਆ ਕੌਣ ਸੀ ਕਿੱਦਾਂ ਹੈ ਨਹੀਂ ਹਜੇ ਨਹੀਂ ਹਜੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਜਲਦੀ ਹੀ ਪਹੁੰਚਾਂਗੇ ਉਸ ਸਰ ਕਿਹੜੀ ਜਗ੍ਹਾ ਫੜੀ ਗਈ ਇਹ ਹੈ ਕਿ ਜਿੰਦਾ ਚੌਂਕ ਜਿਹੜਾ ਪੈਂਦਾ ਨਾ ਵੇਰਕਾ ਮਿਲਕ ਵਾਲ ਦੇ ਕੋਲ ਉੱਥੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਪਾਂ ਪਰਚਾ ਦਰਜ ਕਰਕੇ ਉਸ ਤੋਂ ਬਾਅਦ ਅਸੀਂ ਜਿਹੜੇ ਨੈਕਸਟ ਜਿਹੜਾ ਹੈਗਾ ਗੱਡੀ ਦਾ ਨੰਬਰ ਤੋਂ ਅਸੀਂ ਟਰੇਸ ਕਰ ਰਹੇ ਹਾਂ ਮਾਲਕ ਕੌਣ ਹੈਗਾ ਫਿਰ ਉਸ ਤੋਂ ਬਾਅਦ ਅੱਗੇ ਪਰਦਰ ਅਸੀਂ ਉਸ ਪੁਆਇੰਟ ਤੇ ਪਹੁੰਚਾਂਗੇ ਵੀ ਇਹ ਗੱਡੀ ਕੌਣ ਚਲਾ ਰਿਹਾ ਸੀ ਕਿਹਨੂੰ ਗੱਡੀ ਮਿਲੀ ਹੋਈ ਹੈ ਸਰ ਗੱਡੀ ਦਾ ਮਾਲਕ ਦਾ ਕੁਝ ਪਤਾ ਲੱਗਾ ਕਿਹਦੇ ਨਾਮ ਤੇ ਗੱਡੀ ਕਿਹਦੇ ਨਾਮ ਤੇ ਉਹ ਅਸੀਂ ਆਰਸੀ ਤੋਂ ਕਰ ਲਿਆ ਕਰ ਲਿਆ ਡਿਟੈਕਟ